ਸਤਿ ਸ਼੍ਰੀ ਅਕਾਲ ਜੀ ਪਾਨਾ ਸਿੱਧੂ ਅਤੇ ਉਸਦੇ ਬ੍ਰਦਰ ਤੇ ਇੱਕ ਹੋਰ ਪਰਚਾ ਦਰਜ ਹੋ ਚੁੱਕਿਆ ਹੈ ਜਿੱਥੇ ਪਹਿਲਾਂ ਪਾਨਾ ਸਿੱਧੂ ਤੇ ਪਟਿਆਲਾ ਵਿਖੇ ਅਤੇ ਫਿਰ ਅਬੋਰ ਵਿਖੇ ਪਰਚਾ ਦਰਜ ਹੋਇਆ ਉੱਥੇ ਹੀ ਹੁਣ ਮੋਹਾਲੀ ਵਿਖੇ ਇੱਕ ਇਮੀਗ੍ਰੇਸ਼ਨ ਏਜੰਟ ਵੱਲੋਂ ਪੈਸੇ ਮੰਗਣ ਅਤੇ ਬਲੈਕਮੇਲਿੰਗ ਦੇ ਬੇਸ ਤੇ ਪਰਚਾ ਦਰਜ ਕਰਵਾਇਆ ਗਿਆ ਇਸ ਏਜੰਟ ਦਾ ਨਾਮ ਕਿੰਦਰबीर ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਪਾਨਾ ਸਿੱਧੂ ਉਸ ਨੂੰ ਲਗਾਤਾਰ ਕਾਲਸ ਕਰਕੇ ਬਲੈਕਮੇਲ ਕਰਦਾ ਸੀ ਅਤੇ ਵਾਰ-ਵਾਰ ਉਹਨਾਂ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਇੰਨਾ ਹੀ ਨਹੀਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪਾਨਾ ਸਿੱਧੂ ਦਾ ਬ੍ਰਦਰ ਅਕਸਰ ਹੀ ਉਹਨਾਂ ਨੂੰ ਫੋਨ ਲਾ ਕੇ ਗਾਲਾਂ ਕੱਢਦਾ ਸੀ ਅਤੇ ਉਸ ਤੇ ਝੂਠਾ ਪਰਚਾ ਵੀ ਦਰਜ ਕਰਵਾਇਆ ਗਿਆ ਸੀ ਉੱਥੇ ਹੀ ਆਪਾਂ ਜੇਕਰ ਗੱਲ ਕਰੀਏ ਪਾਨਾ ਸਿੱਧੂ ਦੀ ਤਾਂ ਪਾਨਾ ਸਿੱਧੂ ਨੂੰ ਪਟਿਆਲਾ ਤੋਂ ਹੁਣ ਸਿੱਧਾ ਮੋ ਹਾਲੀ ਜੇਲ੍ਹ ਵਿੱਚ ਲਜਾਇਆ ਜਾ ਰਿਹਾ ਹੈ ਜਿਸ ਦੇ ਵੀਡੀਓ ਤੁਸੀਂ ਸਕਰੀਨ ਉੱਪਰ ਵੇਖ ਸਕਦੇ ਹੋ। ਬਾਲ ਇਸ ਪਰਚੇ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉੱਥੇ ਜੇਕਰ ਆਪਾਂ ਗੱਲ ਕਰੀਏ ਪੰਨਾ ਸਿੱਧੂ ਦੇ ਜਸਟਿਸ ਦੀ ਤਾਂ ਬੀਤੇ ਦਿਨ ਕੋਰਤ ਦੁੰਨਾ ਵਿਖੇ ਸਾਰੇ ਇਕੱਠੇ ਕੀਤਾ ਗਿਆ ਜਿੱਥੇ ਪੰਨਾ ਸਿੱਧੂ ਨੂੰ ਜਸਟਿਸ ਦੀਵਾਨ ਦੀ ਗੱਲ ਕੀਤੀ ਗਈ ਸੀ। ਬਾਕੀ ਤੁਹਾਡਾ ਪੰਨਾ ਸਿੱਧੂ ਨੂੰ ਲੈ ਕੇ ਕੀ ਕਹਿਣਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ।